ਜੀਰਕਪੁਰ ਪਟਿਆਲਾ ਹਾਈਵੇ ਬਨੂੜ ਟੋਲ ਪਲਾਜ਼ਾ ਤੇ ਜ਼ਬਰਦਸਤ ਹੰਗਾਮਾ ਹੋਇਆ। PRTC ਬੱਸਾਂ ਦਾ ਮੁਲਾਜ਼ਮ ਤੇ ਟੋਲ ਮੁਲਾਜ਼ਮ ਆਪਸ ਵਿੱਚ ਭਿੜਦੇ ਨਜ਼ਰ ਆਏ, ਜਿਸ ਮਗਰੋਂ ਸਵਾਰੀਆਂ ਖੱਜਲ ਖਵਾਰ ਹੋ ਗਈਆਂ। PRTC ਬੱਸ ਮੁਲਾਜ਼ਮ ਦਾ ਕਹਿਣਾ ਸੀ ਕਿ ਜਾਮ ਬਹੁਤ ਜ਼ਿਆਦਾ ਸੀ, ਮੇਰੀ ਬੱਸ ਦਾ ਟਾਈਮ ਹੋ ਰਿਹਾ ਸੀ, ਇੱਕ ਟਰੱਕ ਖੜਨ ਕਰਕੇ ਸਾਰਾ ਜਾਮ ਲੱਗਾ ਸੀ। ਜਦੋਂ ਮੈਂ ਬੱਸ ਲੰਘਾਉਣ ਦੀ ਕੋਸ਼ਿਸ਼ ਕੀਤੀ ਤਾਂ ਟੋਲ ਮੁਲਾਜ਼ਮ ਗੁੰਡਾਗਰਦੀ ਤੇ ਉਤਰ ਗਏ ਤੇ ਹੰਗਾਮਾ ਹੋ ਗਿਆ, ਜਿਸ ਤੋਂ ਬਾਅਦ ਟੋਲ ਪਲਾਜ਼ਾ ਤੇ PRTC ਬੱਸਾਂ ਦੇ ਮੁਲਾਜ਼ਮਾਂ ਨੇ ਬੱਸਾਂ ਖੜਾ ਕੇ ਹਾਈਵੇ ਜਾਮ ਕਰ ਦਿੱਤਾ। ਉੱਥੇ ਹੀ ਟੋਲ ਤੇ ਮੌਜੂਦ ਲੋਕਾਂ ਵੱਲੋਂ ਕਿਹਾ ਗਿਆ ਕਿ ਟੋਲ ਮੁਲਾਜ਼ਮਾਂ ਦੀ ਹੀ ਗਲਤੀ ਸੀ, ਇਹਨਾਂ ਵੱਲੋਂ ਹੀ ਹੰਗਾਮਾ ਕੀਤਾ ਗਿਆ। ਪੁਲਿਸ ਵੱਲੋਂ ਕਾਰਵਾਈ ਕਰਨ ਦਾ ਯਕੀਨ ਦਵਾ ਕੇ ਹਾਈਵੇ ਖੋਲਿਆ ਗਿਆ। ਸਾਡੀ ਬੱਸ ਬਰਨਾਲੇ ਤੋਂ ਚੱਲ ਕੇ ਚੰਡੀਗੜ੍ਹ ਆ ਰਹੀ ਸੀ ਤੇ ਜਿਹੜੀ ਲਾਈਨ ਸਾਨੂੰ ਲਿਖਤੀ ਇਹਨਾਂ ਨੇ ਦਿੱਤੀ ਹੋਈ ਇੱਕ ਨੰਬਰ ਲਾਈਨ, ਉਹ ਲਾਈਨ ਦੇ ਵਿੱਚ ਇਹਨਾਂ ਨੇ ਪ੍ਰਾਈਵੇਟ ਸਾਧਨ ਵਾੜ ਕੇ ਜਾਮ ਲਵਾਇਆ ਹੋਇਆ ਸੀਗਾ ਇੱਕ ਟਰੱਕ ਵਾਲੇ ਵੱਲੋਂ, ਤਕਰੀਬਨ 5-7-10 ਮਿੰਟ ਉਹਨੇ ਖਰਾਬ ਕਰੇ, ਪਰਚੀ ਨਹੀਂ ਕਟਾਈ। ਇਹਨਾਂ ਦਾ ਫਰਜ਼ ਬਣਦਾ ਸੀ ਉਹ ਲਾਈਨ ਖਾਲੀ ਕਰਾ ਕੇ ਰੱਖਣ ਦਾ, ਕਿਉਂਕਿ ਪਬਲਿਕ ਟਰਾਂਸਪੋਰਟ ਹੈ ਇਹ, ਬੱਸਾਂ ਆਪਾਂ ਲੋਕਾਂ ਨੂੰ ਟਾਈਮ ਨਾਲ ਪਹੁੰਚਾਉਣਾ ਹੈ। ਇਹਨਾਂ ਨੂੰ ਮਤਲਬ ਇਹਨਾਂ ਨੇ ਜਾਮ ਕਰਵਾ ਕੇ ਉਹ ਲੈਣ, ਜਦੋਂ ਡਰਾਈਵਰ ਕੰਡਕਟਰ ਨੇ ਜਾਮ ਖਲਵਾਉਣ ਦੀ ਕੋਸ਼ਿਸ਼ ਕੀਤੀ, ਇਹਨਾਂ ਦੇ ਗੁੰਡਿਆਂ ਵੱਲੋਂ ਹੱਥਾਪਾਈ ਕੀਤੀ ਤੇ ਆਪਣੇ ਡਰਾਈਵਰ ਕੰਡਕਟਰ ਦੀ ਕੁੱਟਮਾਰ ਕੀਤੀ। ਐਮ ਇਸ ਦਾ ਆਪਾਂ ਕਾਰਵਾਈ ਕਰਵਾਵਾਂਗੇ ਬਾਈ ਮਹਿਕਮੇ ਵੱਲੋਂ। ਲੜਾਈ ਝਗੜਾ ਹੋ ਜਾਣਾ, ਉਹ ਅਸੀਂ ਇਹਨਾਂ ਨੂੰ ਬੈਠ ਕੇ ਜਿਹੜੇ ਪ੍ਰਧਾਨ ਸਾਹਿਬ ਆਏ ਅਸੀਂ ਬਿਆਨ ਦਰਜ ਕਰ ਰਹੇ ਹਾਂ, ਬਿਆਨ ਦਰਜ ਕਰਕੇ ਬਾਈ ਨੇ ਜਿਹਨਾਂ ਜਿਹਨਾਂ ਮੁਲਾਜ਼ਮਾਂ ਦੀ ਗਲਤੀ ਆ ਉਹਨਾਂ ਸਖ਼ਤ ਕਾਰਵਾਈ ਕਰਨੀ, ਠੀਕ ਹੈ। ਅਤੇ ਅੱਗੇ ਤੋਂ ਵੀ ਜੇ ਕੋਈ ਇੱਦਾਂ ਦਾ ਕੋਈ ਇੰਸੀਡੈਂਟ ਆਉਂਦਾ ਤਾਂ ਮੇਰੀ ਇਹਨਾਂ ਨਾਲ ਗੱਲ ਹੋਈ ਆ, ਮੇਰੇ ਧਿਆਨ 'ਚ ਲਿਆਓ ਅਤੇ ਆਪਾਂ ਬਕਾਇਦਾ ਬਣਦੀ ਕਰਵਾਈ ਐਜ਼ ਪਰ ਮੈਡੀਕਲ ਜੋ ਵੀ ਸੈਕਸ਼ਨ ਬਣਦੀ ਹੋਊਗੀ ਉਹ ਅਸੀਂ ਸੈਕਸ਼ਨ ਲਾ ਕੇ ਪਰਚਾ ਦੇਵਾਂਗੇ।